ਨਵਾਂ ਸ਼ਹਿਰ ਵਡਾਲਾ ਦੇ ਵਿੱਚ ਗੁਰਦੁਆਰਾ ਹੈ ਤਾਂ ਉੱਥੇ ਇੱਕ ਜਸਵਿੰਦਰ ਸਿੰਘ ਨੇ ਉਹ ਕਮੇਟੀ ਦੇ ਉੱਤੇ ਭਾਰੂ ਪਏ ਹੋਏ ਨੇ ਜਣੀ ਹੱਥੋਂ ਪਾਈ ਤੱਕ ਨੌਬਤ ਆ ਗਈ ਸੀਗੀ ਜੀ ਇਹ ਗੱਡੀ 'ਚ ਬੈਠਣ ਲੱਗੇ ਸੀਗੇ ਭਾਈ ਜਸਪਾਲ ਸਿੰਘ ਅਤੇ ਭਾਈ ਸਾਹਿਬ ਉਹ ਇੱਕਦਮ ਭੱਜ ਕੇ ਆਏ ਉਹ ਇਹਨਾਂ ਨਾਲ ਬਹਿਸਦੇ ਅਤੇ ਮੈਂ ਵਿੱਚ ਵੜਿਆ ਤਾਂ ਇਹ ਗੱਡੀ ਲੈ ਕੇ ਨਿਕਲ ਗਏ ਨਹੀਂ ਉਹ ਹੱਥੋਂ ਪਾਈ ਹੋਣ ਨੂੰ ਤਿਆਰ ਸੀਗੇ ਐਸੀ ਭਾਈਚਾਰੇ ਦਾ ਕੋਈ ਮੈਂਬਰ ਕਮੇਟੀ ਦੇ ਵਿੱਚ ਲੈ ਕੇ ਰਾਜੀ ਨਹੀਂ ਤਾਂ ਜਦੋਂ ਵੀ ਕੋਈ ਉੱਥੇ ਜਾਂਦਾ ਹੈ ਤਾਂ ਆਪ ਸ਼ਬਦ ਬੋਲਦੇ ਨੇ ਤਾਂ ਅਜਿਹਾ ਵੀ ਕਿਹਾ ਜਾਂਦਾ ਕਿ ਅਸੀਂ ਚੂੜੇ ਚਮਿਆਰ ਇਸ ਕਮੇਟੀ ਦੇ ਵਿੱਚ ਨਹੀਂ ਲੈਣੇ ਸੋ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਜੱਟਵਾਦ ਦੀ ਹੋਮੇ ਵਿੱਚ ਐਨ ਰਾੜਿਆ ਹੋਇਆ ਅਤੇ ਉਹ ਚਾਹੁੰਦੇ ਹੈ ਕਿ ਜੱਟਾਂ ਦਾ ਹੀ ਕਬਜ਼ਾ ਇੱਥੇ ਬਣਿਆ ਰਹੇ ਅਸੀਂ ਇਹ ਵਾਰ ਵਾਰ ਬੇਨਤੀ ਕਰਦੇ ਹਾਂ ਆਪਣੇ SSP ਮੋਹਾਲੀ ਨੂੰ SSP ਸਾਹਿਬ ਨੂੰ ਅਤੇ DGP ਸਾਹਿਬ ਨੂੰ ਵੀ ਇਹ ਸਾਨੂੰ ਇਨਸਾਫ਼ ਦਵਾਇਆ ਜਾਵੇ ਨਹੀਂ ਫਿਰ ਅਸੀਂ ਅਗਲਾ ਸਟੈਪ ਅੰਦੋਲਨ ਕਰ ਲਈ ਅਸੀਂ ਅੰਦੋਲਨ ਸਾਨੂੰ ਕਰਨਾ ਹੀ ਪਏਗਾ ਫਿਰ ਅਸੀਂ ਤਾਂ ਇਨਸਾਫ਼ ਲੈਣਾ ਹੀ ਹੈ ਦੇਖੋ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਆਪਣੀ ਨਿੱਜੀ ਜਗੀਰ ਸਮਝਿਆ ਹੋਇਆ ਕਿਉਂਕਿ ਇਹਦੇ 'ਤੇ ਸੇਵਾ ਕਰਨ ਦਾ ਸਾਰੀਆਂ ਜਾਤੀਆਂ ਦਾ ਅਧਿਕਾਰ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬਾਣੀ ਪੜ੍ਹੀਏ ਉਹਦੇ ਵਿੱਚ ਸਾਰੀਆਂ ਜਾਤਾਂ ਦੇ ਭਗਤਾਂ ਦੀ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਔਜ਼ਾਰ ਦੇ ਨਾਲ ਤੁਸੀਂ ਜੁੜਿਓ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਤੁਹਾਡੇ ਨਾਲ ਤਸਵੀਰ ਸਾਂਝੀ ਕਰਨ ਲੱਗਿਆਂ ਕਿ ਕਿਸ ਤਰੀਕੇ ਦੇ ਨਾਲ ਨਵਾਂ ਸ਼ਹਿਰ ਵਡਾਲਾ ਦੇ ਵਿੱਚ ਗੁਰਦੁਆਰਾ ਹੈ ਤਾਂ ਉੱਥੇ ਇੱਕ ਜਸਵਿੰਦਰ ਸਿੰਘ ਨੇ ਉਹ ਕਮੇਟੀ ਦੇ ਉੱਤੇ ਭਾਰੂ ਪਏ ਹੋਏ ਨੇ ਐਸੀ ਭਾਈਚਾਰੇ ਦਾ ਕੋਈ ਮੈਂਬਰ ਕਮੇਟੀ ਦੇ ਵਿੱਚ ਲੈ ਕੇ ਰਾਜੀ ਨਹੀਂ ਤਾਂ ਜਦੋਂ ਵੀ ਕੋਈ ਉੱਥੇ ਜਾਂਦਾ ਹੈ ਤਾਂ ਆਪ ਸ਼ਬਦ ਬੋਲਦੇ ਨੇ ਤਾਂ ਅਜਿਹਾ ਵੀ ਕਿਹਾ ਜਾਂਦਾ ਕਿ ਅਸੀਂ ਚੂੜੇ ਚਮਿਆਰ ਇਸ ਕਮੇਟੀ ਦੇ ਵਿੱਚ ਨਹੀਂ ਲੈਣੇ ਤਾਂ SGPC ਵੱਲੋਂ ਖਾਸ ਤੌਰ 'ਤੇ ਪ੍ਰਚਾਰਕ ਗਏ ਉੱਥੇ ਜਾ ਕੇ ਦੇਖਿਆ ਤਾਂ ਉਹਨਾਂ ਨੂੰ ਵੀ ਬਸ ਲੋਕੀ ਜਿਹੜੀ ਹੈ ਕੀਤੀ ਗਈ ਉਹਨਾਂ ਦੇ ਨਾਲ ਉਹਨਾਂ ਦੇ ਲਈ ਜਿਹੜੇ ਅਪਸ਼ਬਦ ਜਿਹੜੇ ਬੋਲੇ ਗਏ ਨੇ ਤਾਂ ਗੁਰਪਾਲ ਸਿੰਘ ਜੀ ਨੇ ਸਾਡੇ ਨਾਲ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ SGPC ਪ੍ਰਚਾਰਕ ਨੇ ਖਾਸ ਤੌਰ 'ਤੇ ਅੰਬ ਸਾਹਿਬ ਤੋਂ ਗਏ ਉੱਥੇ ਤਾਂ ਇਹਨਾਂ ਦੇ ਨਾਲ ਵੀ ਹੋਈ ਤਾਂ ਭਾਈ ਸਾਹਿਬ ਜੀ ਹੋਰੇ ਨੇ ਇਹਨਾਂ ਦੇ ਨਾਲ ਸਭ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸਲ ਦੇ ਵਿੱਚ ਜੋ ਜਸਵਿੰਦਰ ਸਿੰਘ ਨੇ ਉਹ ਗੁਰਦੁਆਰੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਾਬਜ ਹੋ ਕੇ ਬੈਠੇ ਹੋਏ ਨੇ ਕਮੇਟੀ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ ਭਾਈ ਸਾਹਿਬ ਜੀ ਇਹ ਕੀ ਮਸਲਾ ਹੈ ਜਿਸ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਹੋਰੀ ਗਏ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਬਜ਼ਾ ਹੀ ਕੀਤਾ ਹੋਇਆ ਇੰਨਾ ਸਮਾਂ ਹੋ ਗਿਆ ਚੋਣ ਨਹੀਂ ਹੋ ਰਹੀ ਤਾਂ ਕਾਰਨ ਕੀ ਹੈ ਇਹ ਸਾਰਾ ਮਸਲਾ ਕੀ ਹੈ ਕਾਰਨ ਤਾਂ ਇੱਕ ਨਾ ਸਿਰਫ ਤੁਸੀਂ ਕਹਿ ਸਕਦੇ ਹੋ ਹੋਮੇ ਹੈ ਜੀ ਇੱਕ ਜਾਤੀਵਾਦ ਵਾਲਾ ਬਹੁਤ ਵੱਡਾ ਵਿਤਕਰਾ ਜੀ ਇਹ ਗੱਲ ਹੈਗੀ ਹੈ ਵੀ ਵਿਤਕਰਾ ਹੁੰਦਾ ਹੈ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਵੀ ਵਿਤਕਰਾ ਵੀ ਇੱਦਾਂ ਦੀ ਕੋਈ ਗੱਲ ਨਹੀਂ ਹੋਈ ਮੈਂ ਕਹਿੰਦਾ ਸਾਰੇ ਜਣੇ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਚੜ੍ਹ ਦਿਓ ਅਸੀਂ ਵੀ ਚੜ੍ਹਦੇ ਹਾਂ ਵੀ ਜੇ ਗੁਰਦੁਆਰਾ ਸਾਹਿਬ ਆ ਗੱਲ ਹੋਈ ਜਿਹੜੀ ਅਸੀਂ ਕਹਿੰਦੇ ਨਹੀਂ ਹੋਈ ਨਾ ਤਾਂ ਗੁਰੂ ਘਰ ਚੜ੍ਹ ਜਾਣ ਅਸੀਂ ਇਸ ਗੱਲ ਨੂੰ ਚੜ੍ਹਨ ਨੂੰ ਤਿਆਰ ਹਾਂ ਵੀ ਉੱਥੇ ਇਹ ਝਗੜਾ ਹੋਇਆ ਕਿ ਨਹੀਂ ਹੋਇਆ ਪਹਿਲਾਂ ਤਾਂ ਇਹ ਗੱਲ ਦੂਜੀ ਗੱਲ ਉੱਥੇ ਵਿਤਕਰਾ ਇੱਥੋਂ ਤੱਕ ਹੁੰਦਾ ਵੀ ਤੁਸੀਂ ਜੇ ਸਵੇਰੇ ਆਸਾ ਦੀ ਵਾਰ ਦਾ ਜਦੋਂ ਭੋਗ ਪੈਂਦਾ ਉਹ ਤੋਂ ਬਾਅਦ ਚਾਹ ਵਰਤਾਉਣ ਲੱਗ ਜਾਂਦੇ ਮੈਂ ਰੋਜ਼ ਨਹੀਂ ਕਹਿੰਦਾ ਆਮ ਕਈ ਵਾਰ ਹੁੰਦਾ ਜਦੋਂ ਚਾਹ ਮੰਨ ਲਓ ਕਿਸੇ SC ਪਰਿਵਾਰ ਦੇ ਬੰਦੇ ਨੇ ਕਿਸੇ ਭਰਾ ਨੇ ਚੱਕ ਲਈ ਚਾਹ ਵਰਤਾਉਣ ਵਾਸਤੇ ਤਾਂ ਕਈ ਵਿੱਚ ਪਰਿਵਾਰ ਸਾਰੇ ਨਹੀਂ ਕਈ ਉਹ ਪਾਸਾ ਕਰ ਲੈਂਦੇ ਆਪਣਾ ਗਲਾਸ ਚੱਕ ਕੇ ਪਿੱਛੇ ਰੱਖ ਲੈਣਾ ਵੀ ਅਸੀਂ ਚਾਹ ਨਹੀਂ ਪੀਣੀ ਯੁੱਗ ਕਿਹੜਾ ਤੁਰਿਆ ਫਿਰਦਾ ਗੱਲਾਂ ਇਹ ਕਿਹੜੀਆਂ ਕਰਦੇ ਨੇ ਇਹਨਾਂ ਦਾ ਇਹ ਫਰਜ਼ ਬਣਦਾ ਪ੍ਰਧਾਨ ਜੀ ਦਾ ਵੀ ਮੈਂ ਸਾਰੇ ਪਿੰਡ ਨੂੰ ਸਾਰੀਆਂ ਜਾਤਾਂ ਨੂੰ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਾਂ ਸਾਡੇ ਪਿੰਡ 'ਚ ਇੱਕ ਗੁਰੂ ਘਰ ਹੈ ਜੀ ਠੀਕ ਹੈ ਜੀ ਅੱਜ ਦੀ ਡੇਟ 'ਚ ਬਹੁਤ ਵੱਡੀ ਗੱਲ ਹੈ ਵੀ ਇੱਕ ਗੁਰੂ ਘਰ ਹੈ ਪਰ ਜੋ ਇਹ ਗੱਲਾਂ ਹੋ ਰਹੀਆਂ ਸਾਡੇ ਪਿੰਡ 'ਚ ਵੀ ਦੂਜਾ ਗੁਰੂ ਘਰ ਬਣਨ ਨੂੰ ਬਹੁਤ ਜਾਣੀ ਬਹੁਤੀ ਦੇਰ ਨਹੀਂ ਲੱਗਣੀ ਜੋ ਅੱਜ ਦੇ ਹਾਲਾਤ ਹੈ ਜਿਸ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਹੋਰੀ ਉੱਥੇ ਪਹੁੰਚੇ ਤਾਂ ਜਿਹੜੇ ਅਪਸ਼ਬਦ ਜਿਹੜੇ ਭਾਈ ਸਾਹਿਬ ਹੋਰਾਂ ਵਾਸਤੇ ਵੀ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਇਸ ਤਰੀਕੇ ਨਾਲ ਭੱਜ ਕੇ ਆਏ ਕਿ ਵੀ ਗਾਲਾਂ ਕੱਢਣ ਲੱਗੇ ਜਾਂ ਦਸਤਾਰ ਵੱਲ ਪਹੁੰਚਣ ਲੱਗੇ ਨਹੀਂ ਜਾਣੀ ਹੱਥੋਂ ਪਾਈ ਤੱਕ ਨੌਬਤ ਆ ਗਈ ਸੀਗੀ ਜੀ ਇਹ ਗੱਡੀ 'ਚ ਬੈਠਣ ਲੱਗੇ ਸੀਗੇ ਭਾਈ ਜਸਪਾਲ ਸਿੰਘ ਅਤੇ ਭਾਈ ਸਾਹਿਬ ਉਹ ਇੱਕਦਮ ਭੱਜ ਕੇ ਆਏ ਉਹ ਇਹਨਾਂ ਨਾਲ ਬਹਿਸਦੇ ਅਤੇ ਮੈਂ ਵਿੱਚ ਵੜਿਆ ਤਾਂ ਇਹ ਗੱਡੀ ਲੈ ਕੇ ਨਿਕਲ ਗਏ ਨਹੀਂ ਉਹ ਹੱਥੋਂ ਪਾਈ ਹੋਣ ਨੂੰ ਤਿਆਰ ਸੀਗੇ ਇਹ 'ਚ ਕੋਈ ਸ਼ੱਕ ਨਹੀਂ ਹੈ ਕੀ ਕਾਰਵਾਈ ਚਾਹੁੰਦੇ ਹੋ ਖਾਸ ਤੌਰ 'ਤੇ ਕਿ ਕੀ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨਹੀਂ ਕਰ ਰਿਹਾ ਜਾਂ ਇਸ ਦੇ ਪਿੱਛੇ ਕੋਈ ਹੋਰ ਪੁਲਿਸ ਪ੍ਰਸ਼ਾਸਨ ਨਹੀਂ ਕਰ ਰਿਹਾ ਅਸੀਂ ਵਾਰ ਵਾਰ ਬੇਨਤੀਆਂ ਕਰ ਰਹੇ ਹਾਂ ਵੀ ਜੋ ਇਹਨਾਂ 'ਤੇ ਬਣਦੀ ਕਾਰਵਾਈ ਉਹ ਕੀਤੀ ਜਾਵੇ ਅਤੇ ਸਾਰੀਆਂ ਧਰਮਾਂ ਜਾਤਾਂ ਦੇ ਬੰਦੇ ਕਮੇਟੀ ਦੇ ਵਿੱਚ ਪਾਏ ਜਾਣ ਤਾਂ ਜੋ ਸਾਰਾ ਪਿੰਡ ਇੱਕ ਗੁਰੂ ਘਰ ਬੈਠ ਕੇ ਆਪਸੀ ਪਿਆਰ ਭਾਵਨਾ ਨਾਲ ਰਹਿਣ ਸਾਰੇ ਹੀ ਅਤੇ ਅਸੀਂ ਇਹ ਵਾਰ ਵਾਰ ਬੇਨਤੀ ਕਰਦੇ ਹਾਂ ਆਪਣੇ SSP ਮੋਹਾਲੀ ਨੂੰ SSP ਸਾਹਿਬ ਨੂੰ ਅਤੇ DGP ਸਾਹਿਬ ਨੂੰ ਵੀ ਇਹ ਸਾਨੂੰ ਇਨਸਾਫ਼ ਦਵਾਇਆ ਜਾਵੇ ਨਹੀਂ ਫਿਰ ਅਸੀਂ ਅਗਲਾ ਸਟੈਪ ਅੰਦੋਲਨ ਕਰ ਲਈ ਅਸੀਂ ਅੰਦੋਲਨ ਸਾਨੂੰ ਕਰਨਾ ਹੀ ਪਏਗਾ ਫਿਰ
ਅਸੀਂ ਤਾਂ ਇਨਸਾਫ ਲੈਣਾ ਹੀ ਹੈ। ਭਾਈ ਸਾਹਿਬ ਵੀ ਸਾਡੇ ਨਾਲ ਨੇ। ਭਾਈ ਸਾਹਿਬ ਜੀ, ਖਾਸ ਤੌਰ 'ਤੇ ਤੁਸੀਂ ਗਏ ਮੁਲਾਕਾਤ ਦੇ ਲਈ ਉੱਥੇ ਦੇਖਣ ਲਈ ਕਿ ਚੋਣ ਹੋਵੇ, ਤਾਂ ਕੀ ਕਾਰਨ ਮੰਨਦੇ ਹੋ ਕਿ ਤੁਹਾਡੇ ਨਾਲ ਹੀ ਜਿਹੜੇ ਅਪਸ਼ਬਦ ਬੋਲਣ ਲੱਗ ਗਏ, ਉਹ ਤੁਹਾਡੇ ਨਾਲ ਹੀ ਬਦਸਲੂਕੀ ਕਰਨ ਲੱਗੇ ਸਾਰਿਆਂ ਨਾਲ? ਵੇਖੋ, ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਆਪਣੀ ਨਿੱਜੀ ਜਗੀਰ ਸਮਝਿਆ ਹੋਇਆ ਹੈ, ਕਿਉਂਕਿ ਇਹਦੇ 'ਤੇ ਸੇਵਾ ਕਰਨ ਦਾ ਸਾਰੀਆਂ ਜਾਤੀਆਂ ਦਾ ਅਧਿਕਾਰ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬਾਣੀ ਪੜ੍ਹੀਏ, ਉਹਦੇ ਵਿੱਚ ਸਾਰੀਆਂ ਜਾਤਾਂ ਦੇ ਭਗਤਾਂ ਦੀ, ਮਹਾਂਪੁਰਖਾਂ ਦੀ ਬਾਣੀ ਦਰਜ ਹੈ। ਸੋ ਇਸ ਕਰਕੇ ਜੇ ਇਹੋ ਜਿਹੇ ਸਥਾਨ 'ਤੇ ਆਪਾਂ ਜਾਤੀਵਾਦ ਨੂੰ ਪ੍ਰਮੋਟ ਕਰ ਰਹੇ ਹਾਂ, ਤਾਂ ਜਾਤੀਵਾਦ ਖਤਮ ਕਿੱਥੇ ਹੋਏਗੀ? ਸੋ ਇਸ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਜੱਟਵਾਦ ਦੀ ਹਉਮੈ ਵਿੱਚ ਐਨ ਰਾੜਿਆ ਹੋਇਆ, ਅਤੇ ਉਹ ਚਾਹੁੰਦੇ ਆ ਕਿ ਜੱਟਾਂ ਦਾ ਹੀ ਕਬਜ਼ਾ ਇੱਥੇ ਬਣਿਆ ਰਹੇ। ਅਤੇ ਅਸੀਂ ਚਾਹੁੰਦੇ ਸਾਂ ਵੀ ਜੇ SC ਭਾਈਚਾਰਾ ਹੈ, BC ਭਾਈਚਾਰਾ ਹੈ, ਆਮ ਹੀ ਪਿੰਡਾਂ ਵਿੱਚ ਇਹਨਾਂ ਨੇ ਵੱਖ ਗੁਰਦੁਆਰਾ ਸਾਹਿਬ ਜਾਤੀ ਦੇ ਨਾਂ 'ਤੇ ਬਣਾ ਲਏ ਹੈ, ਉਹ ਵੀ ਜਿਹੜੇ ਇਹੋ ਜਿਹੇ ਜੱਟਵਾਦ ਦੇ ਸ਼ਿਕਾਰ ਹੋਏ ਨੇ, ਤਾਂ ਕਰਕੇ ਉਹਨਾਂ ਨੇ ਰਵਿਦਾਸੀਆਂ ਦਾ ਗੁਰਦੁਆਰਾ ਵੱਖਰਾ, ਮਜਬੀ ਸਿੰਘਾਂ ਦਾ ਗੁਰਦੁਆਰਾ ਵੱਖਰਾ, ਇੱਦਾਂ ਦੇ ਗੁਰਦੁਆਰਿਆਂ 'ਤੇ ਉਹਨਾਂ ਨਾਮ ਲਿਖੇ ਨੇ। ਸੋ ਇੱਥੇ ਵੀ ਇਹੋ ਜਿਹੀ ਸਿਚੁਏਸ਼ਨ ਬਣ ਰਹੀ ਸੀ। ਸ਼੍ਰੀ ਅਕਾਲਤਾ ਸਾਹਿਬ ਦਾ ਆਦੇਸ਼ ਸੀ ਵੀ ਇੱਕ ਪਿੰਡ ਵਿੱਚ ਕੋਈ ਗੁਰਦੁਆਰਾ ਹੋਣਾ ਚਾਹੀਦਾ, ਅਤੇ ਅਸੀਂ ਸੋਚਿਆ ਬੜੀ ਵਧੀਆ ਗੱਲ ਹੈ ਵੀ ਜੇ ਇੱਕ ਪਿੰਡ ਦੇ ਵਿੱਚ ਇੱਕੇ ਥਾਂ ਸਾਰੀ ਦਸਵੰਧ ਲੱਗੇ ਔਰ ਇੱਥੇ ਪ੍ਰਚਾਰ ਪ੍ਰਸਾਰ ਦਾ ਵਧੀਆ ਜਿਹੜਾ ਉਹ ਪਲੇਟਫਾਰਮ ਬਣੇ, ਅਸੀਂ ਉੱਥੇ ਇਕੱਤਰ ਕਰਕੇ ਸਾਰੀਆਂ ਜਾਤੀਆਂ ਪਾ ਕੇ 11 ਮੈਂਬਰੀ ਜਿਹੜੀ ਸੀ ਉਹ ਕਮੇਟੀ ਬਣਾ ਦਿੱਤੀ। ਉਸ ਤੋਂ ਬਾਅਦ ਜਿਹੜਾ ਪ੍ਰਧਾਨ ਅਤੇ ਉਹਦਾ ਬੇਟਾ, ਉਹਨਾਂ ਨੇ ਇਹਦੇ 'ਤੇ ਜਿਹੜਾ ਸੀ ਰਿਐਕਟ ਕੀਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈ। ਫਿਰ ਉੱਥੇ ਉਹਨਾਂ ਨੇ ਧਾਰਮਿਕ ਅਸੈਂਬਲੀ ਚੱਲਦੀ ਜਿਹੜੀ ਸੀ ਉਹਨੂੰ ਮਹਾਰਾਜ ਦੀ ਝੂਰੀ ਵਿੱਚ ਹੀ ਖੰਡਿਤ ਕਰ ਦਿੱਤਾ। ਜਿਹੜੀਆਂ ਸੰਗਤਾਂ ਇਕੱਤਰ ਹੋਈਆਂ ਸੀ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਸੱਟ ਮਾਰੀ, ਮਹਾਰਾਜ ਦੀ ਹਜ਼ੂਰੀ ਵਿੱਚ ਅਪਸ਼ਬਦ ਬੋਲੇ। ਜਿਹੜੇ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੋਣ ਕਰਵਾਉਣ ਸੰਬੰਧੀ ਆਏ ਸੀ, ਉਹਨਾਂ ਨਾਲ ਵੀ ਉਹਨਾਂ ਨੇ ਬਦਸਲੂਕੀ ਕੀਤੀ। ਫਿਰ ਇਸ ਦੀ ਲਿਖਤੀ ਰਿਪੋਰਟ ਸ਼੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਭੇਜੀ ਗਈ। ਜਥੇਦਾਰ ਸਾਹਿਬ ਨੇ ਪ੍ਰਧਾਨ ਅਤੇ ਉਹਦੇ ਬੇਟੇ 'ਤੇ ਕਾਨੂੰਨੀ ਕਾਰਵਾਈ ਦਾ ਆਦੇਸ਼ ਜਿਹੜਾ ਹੈ ਉਹ ਜਾਰੀ ਕੀਤਾ। ਉਹਦੀ ਜਿਹੜੀ ਲਿਖਤੀ ਚਿੱਠੀ ਹੈ ਅਸੀਂ ਲੈਟਰ ਪੈਡ 'ਤੇ ਲਿਖ ਕੇ SSP ਦਫ਼ਤਰ ਮੋਹਾਲੀ ਨੂੰ ਦੇ ਚੁੱਕੇ ਹਾਂ। ਸੋ ਉਹਦੇ 'ਤੇ ਅਜੇ ਤੱਕ 2-3 ਸਾਲ ਹੋ ਗਏ, ਕੋਈ ਕਾਰਵਾਈ ਨਹੀਂ ਹੋਈ ਔਰ ਲਗਾਤਾਰ ਅਸੀਂ ਜਾ ਰਹੇ ਹਾਂ। ਅਸੀਂ ਕਹਿ ਰਹੇ ਹਾਂ ਵੀ ਸ਼੍ਰੀ ਅਕਾਲਤਾ ਸਾਹਿਬ ਦਾ ਆਦੇਸ਼ ਹੈ, ਇਹਦੀ ਪਾਲਣਾ ਕੀਤੀ ਜਾਏ, ਪਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਉਹ ਸ਼੍ਰੀ ਅਕਾਲਤਾ ਸਾਹਿਬ ਦੇ ਦੇਸ਼ ਨੂੰ ਟਿੱਚ ਜਾਣ ਰਹੇ, ਅਤੇ ਕੋਈ ਕਾਰਵਾਈ ਅਤੇ ਕੋਈ ਜਵਾਬੀ ਸਾਨੂੰ ਕੋਈ ਕਾਲ ਉਧਰੋਂ ਨਹੀਂ ਆਈ। ਅਗਲਾ ਪ੍ਰੋਗਰਾਮ ਕੀ ਹੋਏਗਾ? ਜਿਸ ਤਰੀਕੇ ਦੇ ਨਾਲ ਕਾਫੀ ਲੰਬਾ ਸਮਾਂ ਹੋ ਗਿਆ ਤਾਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕਾਰਵਾਈ ਨਹੀਂ ਹੋ ਰਹੀ, ਤਾਂ ਅਗਲਾ ਪ੍ਰੋਗਰਾਮ ਕੀ ਹੋਏਗਾ ਕਿ ਅਕਾਲ ਤਖਤ ਸਾਹਿਬ ਤੋਂ ਫਿਰ ਤੋਂ ਕੋਈ ਜਿਹੜਾ ਹੁਕਮਨਾਮਾ ਜਾਰੀ ਕੀਤਾ ਜਾਏਗਾ? ਹਾਂਜੀ, ਉਹ ਤਾਂ ਫਿਰ ਜਿਹੜੀ ਸਾਰੀ ਇਸ ਕਾਰਜ ਦੀ ਰਿਪੋਰਟ ਜਿਹੜੀ ਹੈ, ਪ੍ਰਸ਼ਾਸਨ ਦੀ ਸਾਰੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਜਾਏਗੀ ਵੀ ਇਹ ਕੋਈ ਕਾਰਵਾਈ ਇਹਦੇ 'ਤੇ ਨਹੀਂ ਕੀਤੀ ਜਾ ਰਹੀ। ਫਿਰ ਅਗਲੀ ਜੋ ਕਾਰਵਾਈ ਜਥੇਦਾਰ ਸਾਹਿਬ ਕਰਨਗੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਏਗੀ। ਭਾਈ ਗੁਰਪਾਲ ਸਿੰਘ ਜੀ ਸਾਡੇ ਨਾਲ ਸੀਗੇ, ਸਾਫ਼ ਤੌਰ 'ਤੇ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਵੀ ਸਾਰਿਆਂ ਨਾਲ ਬਦਸਲੂਕੀ ਕੀਤੀ ਗਈ, ਤਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਸਾਰੀ ਜਿਹੜੀ ਹੈ ਕਮੇਟੀ ਦੀ ਗੱਲਬਾਤ ਹੋ ਰਹੀ ਸੀ ਉਸ ਨੂੰ ਵੀ ਖੰਡਨ ਕਰ ਦਿੱਤਾ। ਤਾਂ ਵਿਚਾਰ ਜੋ ਸਾਂਝੇ ਕਰਿਓ ਤਾਂ ਕਿਸ ਤਰੀਕੇ ਦੇ ਨਾਲ ਕਾਬਜ਼ ਹੋ ਕੇ ਗੁਰਦੁਆਰਾ ਸਾਹਿਬ ਦੇ ਉੱਤੇ ਬੈਠੇ ਨੇ। ਧੰਨਵਾਦ।